ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਜੀ ਆਪਣੇ ਚੈਨਲ ਤੇ। ਪਹਿਲਾਂ ਤਾਂ ਜੀ ਇੰਨੇ ਦਿਨ ਵੀਡੀਓ ਨਹੀਂ ਆ ਸਕੀ, ਮੇਰੀਆਂ ਕੁਛ ਭੈਣਾਂ ਦੇ ਕਮੈਂਟ ਵੀ ਆਏ ਵੀ ਦੀਦੀ ਤੁਹਾਡੀ ਇੰਨੇ ਦਿਨ ਵੀਡੀਓ ਕਿਉਂ ਨਹੀਂ ਆਉਂਦੀ, ਕਈਆਂ ਦੇ ਇੰਸਟਾਗ੍ਰਾਮ ਦੇ ਮੈਸੇਜ ਆਏ ਵੀ ਤੁਸੀਂ ਇੰਨੇ ਦਿਨਾਂ ਬਾਅਦ ਵੀਡੀਓ ਕਿਉਂ ਪਾਉਂਦੇ ਹੋ। ਤੇ ਉਹਦਾ ਰੀਜ਼ਨ ਇਹੀ ਹੈ ਜੀ, ਕਾਰਨ ਵੀ ਮੈਂ ਨਾ ਬਿਮਾਰ ਹੋਈ ਪਈ ਸੀ ਕਈ ਦਿਨਾਂ ਤੋਂ। ਮੈਨੂੰ ਲੱਗਦਾ ਵੀ ਮੈਨੂੰ 15 ਦਿਨ ਹੋ ਗਏ, 10-15 ਦਿਨ ਤਾਂ ਹੋ ਗਏ, ਹਜੇ ਵੀ ਮੈਂ ਚੰਗੀ ਤਰ੍ਹਾਂ ਠੀਕ ਨਹੀਂ ਹੋਈਗੀ। ਤੇ ਮਤਲਬ ਨਾ ਫਿਰ ਜਦੋਂ ਆਪਣਾ ਚਿੱਤ ਨਹੀਂ ਠੀਕ ਹੁੰਦਾ ਤੇ ਨਾ ਤਾਂ ਆਪਾਂ ਘਰੋਂ ਬਾਹਰ ਜਾ ਕੇ ਕੋਈ ਵੀਡੀਓ ਬਣਾ ਸਕਦੇ ਹਾਂ, ਬਲੌਗ ਬਣਾ ਸਕਦੇ ਹਾਂ, ਨਾ ਘਰੇ ਆਪਣਾ ਮਨ ਕਰਦਾ ਕੋਈ ਵੀਡੀਓ ਬਣਾਉਣ ਨੂੰ। ਤੇ ਬਾਕੀ ਜੋ ਵੀ ਵੀਡੀਓ ਤੁਸੀਂ ਪਹਿਲਾਂ ਦੇਖ ਰਹੇ ਹੋ, ਪਹਿਲਾਂ ਦੀਆਂ ਸ਼ੂਟ ਕੀਤੀਆਂ ਵੀ ਨੇ। ਤੇ ਮਤਲਬ ਮੈਨੂੰ ਬਹੁਤ ਕਮੈਂਟ ਵੀ ਆਉਂਦੇ ਹੁੰਦੇ, ਤੁਸੀਂ ਗੱਗੀ ਬਾਰੇ ਕਮੈਂਟ ਕਰਕੇ ਪੁੱਛਦੇ ਸੀ ਹੈ ਨਾ ਵੀ ਉਹ ਕੌਣ ਹੈ, ਤੁਹਾਡੇ ਕੀ ਲੱਗਦੇ ਨੇ। ਤੇ ਉਹ ਨਾ ਜੀ ਮੇਰੇ ਹਸਬੈਂਡ ਦੇ ਭੂਆ ਜੀ ਦਾ ਬੇਟਾ ਹੈਗਾ, ਤੇ ਮਤਲਬ ਮੇਰੇ ਨਾਨਕਿਆਂ ਵੱਲ ਹੀ ਉਹਨਾਂ ਦਾ ਪਿੰਡ ਹੈ, ਉੱਧਰ ਲੇਰਗੇ ਜੀ, ਤਲਵੰਡੀ ਸਾਬੋ ਮਾਨਸਾ ਵੱਲ। ਸੋ ਉਹ ਨਾ ਮਤਲਬ ਸੀਜ਼ਨ ਲਾਉਣ ਜਾਂਦੇ ਹੁੰਦੇ ਆ ਕੰਬਾਈਨ ਦਾ, ਵੀ ਹੁੰਦਾ ਬੰਦੇ ਦਾ ਹਰ ਇੱਕ ਕਿਤਾਬ ਦਾ ਆਪਦਾ ਕਿੱਤਾ ਹੁੰਦਾ ਹੈ ਨਾ। ਤੇ ਉਹਨਾਂ ਦਾ ਵੀ ਉਹ ਕੰਬਾਈਨ ਜਿਵੇਂ ਕਿ ਹੁਣ ਛੱਤੀਸਗੜ੍ਹ MP ਇੱਧਰ ਵੀ ਇੱਧਰਲੇ ਇਲਾਕਿਆਂ 'ਚ ਲੈ ਜਾਂਦੇ ਆ ਵੀ ਮਤਲਬ ਉੱਥੇ ਸੀਜ਼ਨ ਲਾ ਕੇ ਆਉਂਦੇ ਆ, ਕਿਉਂਕਿ ਹੁਣ ਆਪਣੇ ਹਜੇ ਕਣਕ ਲੇਟ ਆਊਗੀ, ਪਰ ਜਿਹੜੀ MP 'ਚ ਆ ਉਹ ਕਣਕ ਆ ਚੁੱਕੀ, ਉੱਥੇ ਗਰਮੀ ਵੀ ਬਹੁਤ ਹੈ। ਤੇ ਹੁਣ ਉਹ ਉੱਧਰ ਵੀ ਜਾ ਵੜਿਆ, ਮੈਨੂੰ ਬਹੁਤ ਕਮੈਂਟ ਆਏ, ਮੈਨੂੰ ਮਤਲਬ ਇੰਨੇ ਵਿਊਵਰ ਗੁੱਸੇ ਵੀ ਹੋ ਗਏ, ਕਹਿੰਦੇ ਵੀ ਤੁਸੀਂ ਦੱਸਦੇ ਨਹੀਂ ਦੱਸਦੇ ਨਹੀਂ। ਉਹ ਮੈਂ ਦੱਸਦੀ ਤਾਂ ਜੇ ਮੈਂ ਨਾਲ ਦੀ ਨਾਲ ਵੀਡੀਓ ਬਣਾਉਂਦੀ ਹੁੰਦੀ, ਕਿਉਂਕਿ ਉਹ ਵੀਡੀਓ ਪਹਿਲਾਂ ਦੀਆਂ ਸ਼ੂਟ ਕੀਤੇ ਹੋਏ ਬਲੌਗ ਸੀਗੇ, ਬਣਾਏ ਹੋਏ ਸੀ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੀ ਗਈ ਅਤੇ ਕਮੈਂਟਾਂ ਦੇ ਵਿੱਚ ਕਈ ਵਿਊਵਰਾਂ ਨੂੰ ਮੈਂ ਰਿਪਲਾਈ ਦੇਤਾ ਸੀਗਾ। ਅਤੇ ਬਾਕੀ ਜੀ ਉਹ ਮਤਲਬ ਜਿੰਨੇ ਕੁ ਉਹਨਾਂ ਨਾਲ ਬਲੌਗ ਬਣੇ ਸੀਗੇ ਜਿਹੜੇ ਉਹ ਪਹਿਲਾਂ ਦੇ ਵੀ ਮਤਲਬ ਬਣਾਏ ਪਏ ਸੀ, ਉਹ ਮੈਂ ਹੌਲੀ ਹੌਲੀ ਕਰਕੇ ਨਾ ਵਿੱਚ ਦੀ ਵੀ ਤੁਹਾਡੇ ਨਾਲ ਸ਼ੇਅਰ ਕਰੀ ਗਈ ਐਡਿਟ ਕਰਕੇ। ਨਵਾਂ ਬਲੌਗ ਮੈਥੋਂ ਕੋਈ ਨਹੀਂ ਇੰਨੇ ਦਿਨਾਂ ਦਾ ਬਣਾਇਆ ਗਿਆ, ਅਤੇ ਉਹਨਾਂ ਨੇ ਰਹਿਣਾ ਤਾਂ ਸਾਡੇ ਕੋਲ 1 ਮਹੀਨਾ ਸੀਗਾ, ਪਰ ਉਹਨਾਂ ਨੂੰ ਫੋਨ ਆ ਗਿਆ ਅਤੇ ਵੀ ਉੱਥੇ ਕਣਕ ਉੱਧਰ ਆ ਚੁੱਕੀ ਹੈ ਅਤੇ ਕੰਬਾਈਨ ਆ ਜਿਹੜੀ ਵੀ ਉਹਨਾਂ ਨੇ ਸ਼ੁਰੂ ਕਰਨੀ ਸੀ ਚਲਾਉਣੀ, ਉੱਧਰ ਵੀ ਸੀਜ਼ਨ ਲਾਉਣਾ ਸੀ, ਇਸ ਕਰਕੇ ਫਿਰ ਵੀ ਉਹ ਚਲਾ ਗਿਆ ਵਿਚਾਰਾ। ਬਾਕੀ ਉਹ ਸਾਡੇ ਕੋਲ ਆ ਜਾਂਦਾ ਵਧੀਆ, ਚਲੋ ਹੈ ਨਾ, ਸਾਰੇ ਜਣੇ ਇਕੱਠੇ ਹੋ ਜਾਂਦੇ ਅਤੇ ਜੀ ਜਾ ਲੱਗ ਜਾਂਦਾ, ਅਤੇ ਹੁੰਦਾ ਹੀ ਇੱਕ ਜਾਣਾ ਵੀ ਜੇ ਘਰ ਵੱਧ ਜੇ ਤਾਂ ਆਪਣਾ ਮਨ ਜਿਹਾ ਲੱਗ ਜਾਂਦਾ ਹੈ ਨਾ। ਅਤੇ ਇਸ ਕਰਕੇ ਬਸ ਇਹੀ ਰੀਜ਼ਨ ਸੀਗਾ ਜੀ, ਵੀਡੀਓ ਨਹੀਂ ਆ ਸਕੀ ਕਾਫੀ ਦਿਨਾਂ ਦੀ। ਚਲੋ ਇਹ ਤਾਂ ਛੱਡੋ ਗੱਲਾਂ ਨੂੰ, ਕੋਸ਼ਿਸ਼ ਕਰਿਆ ਕਰਾਂਗੇ ਬਲੌਗ ਬਣਾਉਣ ਦੀ, ਸ਼ੇਅਰ ਕਰਨ ਦੀ, ਕਿਉਂਕਿ ਜੇ ਬਲੌਗ ਬਣੂਗਾ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੈ ਨਾ, ਇਹ ਮਨ ਜਾ ਨਹੀਂ ਕਰਦਾ। ਅਤੇ ਬਸ ਘਰ ਦੇ ਕੰਮ ਧੰਦੇ ਉਹ ਹੀ ਚੱਲੀ ਜਾਂਦੇ ਰਹਿੰਦੇ, ਇਕੱਲੀ ਜਾਣੀ ਬਸ ਮੈਂ ਕਰਨੇ ਹੁੰਦੇ ਕੰਮ ਧੰਦੇ ਆਪਦੇ। ਅਤੇ ਬਾਕੀ ਨਾ ਹੁਣ ਹਰਫ ਦੇ ਜਿਵੇਂ ਤੁਸੀਂ, ਮੈਂ ਤੁਹਾਨੂੰ ਕੱਲ੍ਹ ਬਣਾਈਆਂ ਸੀ, ਮੈਂ 1-2 ਕਲਿੱਪਾਂ ਮੈਂ ਤੁਹਾਨੂੰ ਸ਼ੇਅਰ ਕਰਦੀ ਹਾਂ ਕਿ ਤੁਸੀਂ ਉਹ ਦੇਖੋ ਪਹਿਲਾਂ। ਹੋ ਗਿਆ ਕੁੜਤਾ ਵੀ ਪਜਾਮਾ ਵੀ ਹੈ ਨਾ, ਪਜਾਮਾ ਥੋੜ੍ਹਾ ਜਿਹਾ ਉੱਚਾ ਹੋ ਗਿਆ ਨਾ, ਘੜੀ ਤਾਂ ਦਿਸਦੀ ਆ ਤੇਰੀ। ਤੇ ਇਹ ਨਾ ਜੀ ਹੁਣ ਮਤਲਬ ਹੈ ਪਤਾ ਖੜੀ ਦੇ, ਹਾਂ ਕੈਮਰੇ 'ਚ ਦਿਸਦੀ ਆ। ਤੇ ਕਹਿੰਦਾ ਬਾਲ ਮੈਂ ਆਏ ਮੋਣੇ, ਹੁਣ ਮੈਂ ਇਹਨੂੰ ਹੁਣੇ ਨਵਾ ਕੇ ਦੀ ਸੀ, ਪਤੰਗ ਚੜਾਉਣ ਲੱਗੇ, ਬਸ ਪਤੰਗਾਂ ਦਾ ਖਹਿੜਾ ਛੱਡਦੇ ਹੀ ਨਹੀਂ, ਰੁੱਤ ਨਾਲੇ ਜਾਵੜੀ ਪਤੰਗਾਂ ਦੀ। ਤੇ ਆ ਨਾ ਕੁੜਤਾ ਪਜਾਮਾ ਇਹਦਾ ਉੱਚਾ ਹੋਈ ਜਾਂਦਾ ਸੀ ਕਾਟਨ ਦਾ, ਤੇ ਮੈਂ ਕਿਹਾ ਹਰ ਤੂੰ ਪਾ ਲਾ ਇਹ, ਥੋੜ੍ਹੇ ਜਿਹੇ ਦਿਨ ਹੀ ਆਊਗਾ, ਮੈਂ ਕਿਹਾ ਤੇਰੇ ਤੇ ਉਦੋਂ ਬਾਅਦ ਜਮੇ ਹੀ ਉੱਚਾ ਹੋਜੂ। ਤੇ ਆਉਣ ਜਾਣ 'ਚ ਤਾਂ ਮੈਂ ਕਿਹਾ ਆਉਣਾ ਨਹੀਂ, ਪਜਾਮਾ ਵੀ ਦੇਖੋ ਕਿੰਨਾ ਉੱਚਾ ਹੋ ਗਿਆ, ਇਹਦੇ ਨਾਲ 2 ਪਜਾਮੇ ਸੀਗੇ। ਕਰ ਲਿਆ ਸੈੱਟ, 1 ਮਿੰਟ ਪੁੱਤ ਫਿਰ ਤੁਸੀਂ ਖੇਡ ਲਿਓ ਚੰਗਾ। ਤੇ ਇਹਦੇ ਨਾ 2 ਪਜਾਮੇ ਸੀ ਹਰਫ ਦੇ, ਤੇ ਪਤਾ ਨਹੀਂ ਦੂਜਾ ਤਾਂ ਉੱਥੇ ਅੰਦਰ ਹੀ ਪਿਆ ਹੋਊ, ਬਸ ਦੋਨੇ ਸੇਮ ਮੇਚ ਦੇ ਸੀ। ਤੇ ਹੁਣ ਆ ਕੁੜਤਾ ਵੀ ਉੱਚਾ ਹੋ ਗਿਆ ਤੇ ਪਜਾਮਾ ਵੀ, ਤੇ ਮੈਂ ਕਿਹਾ ਚੱਲ ਤੂੰ ਘਰੇ ਪਾ ਲਾ ਜਿੰਨੇ ਕੁ ਦਿਨ ਚੱਲਦਾ, ਤੇ ਫਿਰ ਮੈਂ ਕਿਹਾ 1-2 ਦਿਨਾਂ 'ਚ ਤੈਨੂੰ, ਕਿਉਂਕਿ ਹੁਣ ਇਹਦੇ ਸਾਰੇ ਪਜਾਮੀਆਂ ਪਜੂਮੀਆਂ ਉੱਚੀਆਂ ਹੋ ਗਈਆਂ, ਉਹਨੇ ਨਵੇਂ ਕੱਪੜੇ ਦਵਾ ਕੇ ਲਿਆਉਣਾ 1-2 ਦਿਨਾਂ 'ਚ ਹੈ ਨਾ। ਹਾਂ ਜੇਬਾਂ ਵੀ ਲੱਗੀਆਂ, ਖੇਡ ਲਾ ਪੁੱਤ ਠੀਕ ਹੈ, ਫਿਰ ਬਰਗਰ ਮਿਲੂਗਾ ਠੀਕ ਹੈ, ਜਾ ਉੜਾ। ਤੇਰੀ ਘੜੀ ਅੱਜ ਸਾਰਾ ਦਿਨ ਨਾ ਟੂੰ ਟੂੰ ਕਰੀ ਗਈ ਹੈ, ਫਿਰ ਸਾਨੂੰ ਪਤਾ ਲੱਗ ਗਿਆ ਸੀ ਕਿ ਵੀ ਹਰਫ ਘਰੇ ਕਿਉਂ ਰੱਖ ਕੇ ਗਿਆ। ਤੇ ਦੇਖੋ ਜੀ ਜਿਹੜੀ ਬਰਥਡੇ ਤੇ ਹਰਫ ਨੂੰ ਘੜੀ ਦਿੱਤੀ ਸੀਗੀ, ਤੇ ਇਹ ਨਾ ਮਤਲਬ ਦਿਨ ਵੀ ਦੱਸਦੀ ਆ ਇੱਥੇ, ਤੇ ਇੱਧਰ ਟਾਈਮ ਆਈ ਜਾਂਦਾ, ਇੱਥੇ ਅਲਾਰਮ ਵੀ ਲੱਗਦਾ ਇਹਦੇ 'ਚ, ਤੇ ਹੋਰ ਵੀ ਫੰਕਸ਼ਨ ਹੈ ਹਰ ਪੇਜ 'ਚ, ਲਾਈਟ ਵੀ ਜਾਗਦੀ ਹੈ। ਇੱਕ ਮਿੰਟ ਤੁਹਾਨੂੰ ਜਗਾ ਕੇ ਦਿਖਾਉਂਦੀ ਹਾਂ, ਬਟਨ ਜਾਣਾ ਪਿਨਾ ਸੀ, ਹਾਂ ਇੱਧਰ ਦਿਖਾ ਇੱਧਰ, ਖੜ ਜਾ ਦੁਬਾਰੇ, ਜਿਹਨੇ ਰਹੇ ਜੀ ਕਿਸੇ ਨੇ ਟਾਈਮ ਦੇਖਣਾ ਹੈ ਨਾ। ਤੇ ਹਰਫ ਆ ਗਿਆ ਜੀ ਸਕੂਲੋਂ, ਆਹੀ ਇੱਕ ਸੂਟ ਰਹਿ ਗਿਆ ਜਿਹੜਾ ਹਰਫ ਦੇ ਮਸਾਂ ਮੇਚ ਜੇ ਆਉਂਦਾ, ਸਾਰੇ ਮੈਂ ਨੀਕਰ ਵਾਲੇ ਸੂਟ ਅੱਜ ਕੱਢ ਕੇ ਧੋਤੇ, ਆਹ ਨੀਕਰ ਆ ਇਹਦੇ ਨਾਲ ਦੀ। ਤੇ ਹੈ ਨਾ ਇਹਦੇ ਜਦੋਂ ਇੱਧਰ ਬਾਹਰ 'ਤੇ ਪੇਂਟ ਜਿਹਾ ਲਾਇਆ ਸੀ, ਉਦੋਂ ਇਹ ਨਾਲ ਲੱਗ ਗਏ, ਇੱਕ ਤਾਂ ਹੋਲੀ ਵੇਲੇ 'ਤੇ ਰੰਗ ਲੱਗ ਗਿਆ ਸੀ, ਉਹ ਤਾਂ ਲੈ ਗਿਆ, ਪਰ ਪੇਂਟ ਕਰੀ ਜਾਂਦੇ ਸੀ ਗਰੇਲੇ ਜੀ, ਅਤੇ ਉਹ ਇਹ ਨਾਲ ਲੱਗ ਗਿਆ ਅਤੇ ਉਹ ਪੇਂਟ ਨਹੀਂ ਲਿਆ। ਅਤੇ ਜਵਾਕ ਤੁਹਾਨੂੰ ਪਤਾ ਜਦੋਂ ਜਿੱਦ ਫੜ ਲੈਣਾ, ਅਤੇ ਇਹਦੇ ਸਾਰੇ ਕੱਪੜੇ ਆ ਜਿਹੜੇ ਛੋਟੇ, ਹੁਣ ਆਹ ਪਾਈ ਬੈਠਾ ਸਕੂਲ ਵਾਲੀ ਟੀ ਸ਼ਰਟ, ਇਹ ਵੀ ਛੋਟੀ ਹੋ ਗਈ, ਸੂਟ ਪਾ ਲਾ ਗਿਰਾ। ਅਤੇ 2-3 ਕੁ ਰਹਿ ਗਏ, ਅਤੇ ਮੈਂ ਸਾਰੇ ਧੋ ਕੇ ਤਾਰਤੇ ਇਹਦੇ ਕੱਪੜੇ ਪਾ ਤੇ, ਅਤੇ ਹੁਣ 1-2 ਦਿਨਾਂ 'ਚ ਇਹਨੂੰ ਨਵੇਂ ਕੱਪੜੇ, ਨੀਕਰ ਵਾਲੇ ਸੂਟ ਅਤੇ ਹੋਰ ਦਵਾਉਣੇ ਪੈਣਗੇ। ਮੈਨੂੰ ਲੱਗਦਾ ਇਹ ਪਤਾ ਨਹੀਂ ਕਿੰਨੇ ਨੰਬਰ ਹੈ, ਪਹਿਲਾਂ ਵਾਲੇ ਜਿਹੜੀਆਂ ਇਹਦੇ ਪਜਾਮੀਆਂ ਉੱਚੀਆਂ ਹੋ ਗਏ 22 ਕੁ ਨੰਬਰ ਸੀ, ਪਰ ਹੁਣ ਇਹਦੇ 28 ਨੰਬਰ ਸੂਟ ਸਹੀ ਆਉਂਦਾ ਹੈਗਾ, ਮਤਲਬ ਥੋੜ੍ਹਾ ਵੀ ਨੀਵਾਂ ਵੀ ਹੁੰਦਾ ਅਤੇ ਥੋੜ੍ਹਾ ਸਹੀ ਐਡਜਸਟਮੈਂਟ ਜੀ ਹੋ ਜਾਂਦੀ ਹੈ, ਬਾਹਲਾ ਉੱਚਾ ਵੀ ਨਹੀਂ ਰਹਿੰਦਾ। ਅਤੇ ਫਿਰ ਹੁਣ ਲਿਆਵਾਂਗੇ ਸ਼ਹਿਰੋਂ ਜਾ ਕੇ ਇਹਨੂੰ ਦਵਾ ਕੇ ਲਿਆਵਾਂਗੇ ਲੀੜੇ, ਅਤੇ ਬਸ ਮੈਨੂੰ ਚਾਹ ਕਰਕੇ ਪਿਆਉਂਦੀ ਸੀਗੀ। ਹੁਣ ਮੈਨੂੰ ਕਿਹਾ ਮੈਂ ਕਿਹਾ ਪੁੱਤਾ ਉੱਚੇ ਜਿਹੇ ਕੱਪੜੇ ਲਾਵੇ ਤੂੰ ਆਹ ਸੂਟ
ਤੇ ਮਤਲਬ 2-3 ਦਿਨ ਹੋ ਗਏ ਵਿਚਾਰਾ ਅਸੀਂ ਮਤਲਬ ਲਾਈ ਜਾਂਦਾ ਡੰਗਾ। ਮੈਂ ਕਿਹਾ ਵੀ ਯਾਰ ਮੈਥੋਂ ਨਾਲ ਨਹੀਂ ਜਾਇਆ ਜਾਂਦਾ, ਮੇਰਾ ਮਨ ਨਹੀਂ ਕਰਦਾ ਜਾਣ ਨੂੰ। ਫਿਰ ਹਰਫ ਦੇ ਪਾਪਾ ਹੁਣ ਇਕੱਲੇ ਗਏ ਆ ਅਤੇ ਉਹਨਾਂ ਨੇ ਵਟਸਐਪ ਦੇ ਫੋਟੋਆਂ ਭੇਜੀਆਂ ਪਹਿਲਾਂ ਕਾਫੀ ਜ਼ਿਆਦਾ ਦੁਕਾਨਾਂ 'ਤੇ ਉਹ ਜਾਏ, ਉਹਨਾਂ ਨੂੰ ਕਿੱਥੋਂ ਲੋਅਰ ਨਹੀਂ ਮਿਲੇਗੀ। ਫਿਰ ਉਹਨਾਂ ਨੂੰ 1-2 ਲੋਅਰਾਂ ਮਿਲ ਗਿਆ, ਉਹਨਾਂ ਨੇ ਫੋਟੋਆਂ ਭੇਜੀਆਂ ਅਤੇ ਹਰਫ ਨੇ ਕਲਰ ਡਿਸਾਈਡ ਕਰ ਲਿਆ। ਹਰਫ ਹੱਸਣ ਲੱਗ ਗਿਆ, ਕਹਿੰਦਾ ਮੰਮਾ ਨਾਲ ਕੋਟ ਵੀ ਮਿਲਣਗੇ। ਮੈਂ ਕਹਿੰਦੀ ਕੋਟ ਨਹੀਂ, ਬਾਕੀ ਮਹਿੰਗਾਈ ਬਹੁਤ ਹੋ ਗਈ, ਇਕੱਲੇ ਬੱਚੇ ਦੀ 400-400 500-500 ਦੀ ਇਕੱਲੀ ਲੋਅਰ ਹੈ। ਅਤੇ ਫਿਰ ਮੈਂ ਕਿਹਾ ਚਲੋ ਤੁਸੀਂ 2-3 ਲੋਅਰਾਂ ਵੀ ਥੋੜ੍ਹਾ ਰੇਟ ਥੋੜ੍ਹਾ ਮਤਲਬ ਕਰਵਾ ਲਓ, ਹੈ ਨਾ, ਬਾਰਗਨਿੰਗ ਕਰ ਲਓ ਜੀ, ਥੋੜ੍ਹਾ ਬਹੁਤਾ ਘੱਟ ਕਰਦੇ ਆ ਵੀ ਤੁਸੀਂ 2-3 ਲੋਅਰਾਂ ਹਰਫ ਦੀਆਂ ਲਿਆ ਦਿਓ ਕਿਰਾਂ, ਵੀ ਗਰਮੀਆਂ 'ਚ ਮੈਂ ਕਹਿੰਦੀ ਹਾਂ ਵੀ ਇਹ ਲੋਅਰਾਂ ਹੀ ਪਾ ਲਏਗਾ। ਕਿਰਾਂ ਪਾ ਕੇ ਜ਼ਿਆਦਾ ਰਾਜੀ ਹੈ, ਮੈਂ ਕਹਿੰਦੀ ਉਹਨੇ ਪੁੱਤ ਤੂੰ ਲੋਅਰਾਂ ਦੀ ਆਦਤ ਪਾ, ਤੂੰ ਲੋਅਰਾਂ ਪਾਇਆ ਕਰ। ਅਤੇ ਬਾਕੀ ਫੋਟੋਆਂ ਭੇਜਤੀਆਂ ਸੀ ਆਪਣੇ ਸਿਲੈਕਟ ਕਰ ਲਈਆਂ ਅਤੇ ਬਸ ਆਉਂਦੇ ਹੀ ਹੋਣਗੇ ਆਪਣੇ ਦੇ ਪਾਪਾ। ਅਤੇ ਮੈਂ ਵੀ ਸਬਜ਼ੀ ਰੱਖੀ ਅਤੇ ਮਸ਼ੀਨ 'ਚ ਪਾਇਆ ਕੱਪੜੇ, ਅਤੇ ਮੈਂ ਵੀ ਉਹ ਮਤਲਬ ਸੁਕਾਇਆ ਮੈਂ ਕੱਪੜੇ ਅਤੇ ਨਾਲੇ ਮੈਂ ਸੁੱਕਣੇ ਪਾ ਕੇ ਆਉਣਾ ਅਤੇ ਨਾਲੇ ਮੈਂ ਸਬਜ਼ੀ ਦੇਖਿਆ ਵਾਂ। ਅਤੇ ਆ ਲਿਆਂਦੀਆਂ ਜੀ ਹਰਫ ਦੀਆਂ ਲੋਰਾਂ। ਹਰਫ ਮੰਮਾ ਬਣਾ ਮੇਰੀ ਵੀਡੀਓ, ਬਣਾ ਦਿਖਾ ਮੇਰੀਆਂ ਲੋਰਾਂ ਹੈ। ਇਹ ਮਤਲਬ 3 ਲਿਆਏ ਆ ਇਹ, ਅਤੇ ਇਹ ਜਿਹੀਆਂ ਸੋਹਣੀਆਂ ਲੱਗਦੀਆਂ ਬੱਚਿਆਂ ਨੇ, ਬਹੁਤ ਮੁਸ਼ਕਿਲ ਨਾਲ ਮਿਲਦੀਆਂ ਇਹ ਜਿਹੀਆਂ ਲੋਰਾਂ। ਕੱਪੜਾ ਬਹੁਤ ਵਧੀਆ ਗਰਮੀ 'ਚ ਪਾਉਣ ਵਾਲਾ ਕੋਟਨ ਦਾ, ਅਤੇ ਬਾਕੀ 26 ਨੰਬਰ ਆ। ਪਹਿਲਾਂ ਮੈਂ ਇੰਚੀ ਟੇਪ ਨਾਲ ਹੀ ਨਾਪ ਕੇ ਹਰਫ ਦਾ ਨਾਪ ਭੇਜਿਆ ਅਤੇ ਇਸ ਤਰ੍ਹਾਂ ਡਿਜ਼ਾਇਨ ਜਿਹਾ ਬਣਿਆ ਨਾ। ਅਤੇ ਇਹ ਹੈਗੀ ਹੈ ਮੈਰੂਨ ਕਲਰ ਦੀ, ਤੁਹਾਨੂੰ ਇਹ ਨਾ ਮੈਨੂੰ ਲੱਗਦਾ, ਪਤਾ ਨਹੀਂ ਮੈਨੂੰ ਵੀ ਨਹੀਂ ਦਿਸਦੀ ਹੁਣ ਇਸ ਵੇਲੇ, ਮੈਨੂੰ ਕੌਫੀ ਜਿਹੇ ਕਲਰ ਦੀ ਲੱਗਦੀ ਹੈ, ਪਰ ਫੋਟੋ 'ਤੇ ਮੈਰੂਨ ਕਲਰ ਦੀ ਸੀਗੀ ਇਹ। ਅਤੇ 2 ਮੈਨੂੰ ਲੱਗਦਾ ਹੋਰ ਲਿਫਾਫੇ 'ਚ, ਅਤੇ ਬਾਕੀ ਹਰਫ ਨੇ ਪਾ ਕੇ ਦੇਖ ਲਈ ਸੀ ਲੋਰ। ਪਹਿਲਾਂ ਉਦੋਂ ਮੈਂ ਰੋਟੀ ਲਾਈ ਜਾਂਦੀ ਸੀਗੀ, ਇਹਦੇ ਨੇਚ ਆ ਗਈਆਂ। ਬਲੈਕ ਪਾ ਕੇ ਦੇਖੀ ਸੀ, ਇੱਕ ਬਲੈਕ ਹੈਗੀ, ਇੱਕ ਨੇਵੀ ਬਲੂ ਹੈ, ਅਤੇ ਸੇਮ ਹੈ ਮੈਨੂੰ ਲੱਗਦਾ ਲਾਈਨਸ। ਇਹ ਹਰਫ ਨੇ ਪਾਈ ਲਿਫਾਫੇ 'ਚ, ਸਬਜ਼ੀ ਲਾਤੀ ਆ ਦੇਖ, ਇੱਧਰ ਰੋਟੀ ਖਾਈ ਜਾਂਦੇ ਇੱਧਰ ਔਖਾ। ਅਤੇ ਅਲਾਇੰਸ ਕੰਪਨੀ ਦੀਆਂ ਇਹ, ਅਤੇ ਬਾਕੀ ਇਹਨਾਂ ਤੜਕੇ ਮੈਂ ਧੋ ਦੂੰਗੀ, ਜਦੋਂ ਵੀ ਕੱਪੜੇ ਲਿਆਉਣੇ ਮੇਰੀ ਆਦਤ ਹੈ, ਮੈਂ ਧੋਣੀ ਹੁੰਦੀ ਹਾਂ। ਅਤੇ ਇਹ 350-350 ਰੁਪਏ ਦੀ ਇੱਕ ਲੋਅਰ ਦਿੱਤੀ ਹੈ ਇਕੱਲੀ, ਅਤੇ ਸ਼ਰਟਾਂ ਦੇ ਕੋਲ ਜਮ੍ਹਾਂ ਹੀ ਨਵੀਆਂ ਪਈਆਂ ਸੀ ਘਰੇ ਪਾਉਣ ਨੂੰ ਡੇਲੀ ਵੇਅਰ 'ਚ, ਫਿਰ ਮੈਂ ਅਸੀਂ ਲੋਅਰਾਂ ਮੰਗਾ ਲਵਾਂ। ਅਤੇ ਇਹਦੇ ਨਾਲ ਹੁਣ ਸ਼ਰਟਾਂ ਕੋਈ ਮਰਜ਼ੀ ਇਹਨਾਂ ਕਲਰਾਂ ਨਾਲ ਸਾਰੀਆਂ ਹੀ ਚੱਲ ਜਾਂਦੀਆਂ, ਪਤਾ ਨਹੀਂ ਮੈਰੂਨ ਕਲਰ ਹੀ ਹੈ ਮੈਨੂੰ ਲੱਗਦਾ, ਸੁਬਹਾ ਦੇਖੂੰਗੀ, ਸੁਬਹਾ ਧੋ ਕੇ ਪਾਊਂਗੀ। ਅਤੇ ਮੈਂ ਕਹਿੰਦਾ ਇਹਨੂੰ ਆਦਤ ਪਾਉਣੇ ਹੈਗੇ, ਮਤਲਬ ਧੁੱਪੇ ਗਰਮੀ 'ਚ ਫਿਰਦਾ ਰਹਿੰਦਾ ਨਾ, ਜਦੋਂ ਟੈਨਿੰਗ ਦੀ ਪ੍ਰੋਬਲਮ ਜ਼ਿਆਦਾ ਹੋ ਜਾਂਦੀ ਆ ਬੱਚਿਆਂ ਨੂੰ, ਨੀਕਰ ਪਾਉਂਦਾ ਹੈਗਾ। ਅਤੇ ਮੈਂ ਕਿਹਾ ਵੀ ਤੂੰ ਲੋਰਾ ਹੀ ਪਾਇਆ ਕਰੀ, ਲੋਰਾਂ ਦੀ ਆਦਤ ਹੀ ਪਾ ਹਰਫ, ਅਤੇ ਕੱਪੜਾ ਬਹੁਤ ਵਧੀਆ ਇਹ ਮਤਲਬ। ਪਰ ਆਏ ਆ ਵੀ ਹੁਣ ਬੱਚਿਆਂ ਦੇ ਕੱਪੜੇ ਤਾਂ ਆਪਣੇ ਕੱਪੜੇ ਨੂੰ ਵੀ ਜ਼ਿਆਦਾ ਮਹਿੰਗੇ ਆਉਂਦੇ ਆ, ਅਤੇ ਵੀ ਮੰਨ ਕੇ ਚੱਲੋ ਇਹ 700 ਰੁਪਇਆ ਉਹ, ਅਤੇ 1100 ਦੀਆਂ 1100-1100 ਦੀਆਂ ਲੋਰਾਂ ਤਾਂ 3 ਆਈਆਂ ਹੀ ਆ ਇਹ। ਥੋੜ੍ਹਾ ਬਹੁਤਾ ਅਗਲਾ ਚਲੋ 100-150 ਲੈਸ ਕਰ ਲੈਂਦਾ, ਬਾਹਲੇ ਨਹੀਂ, ਹੈ ਨਾ। ਬਾਕੀ ਜਿਹੜੀਆਂ ਇਸ ਤਰ੍ਹਾਂ ਦੀਆਂ ਥੋੜ੍ਹੀਆਂ ਹੁੰਦੀਆਂ ਨਾ, ਵੀ ਕੁਆਲਿਟੀ ਵਧੀਆ ਹੁੰਦੀ ਆ, ਅਤੇ ਉਹਦੇ 'ਚੋਂ ਨਹੀਂ ਇੰਨਾ ਲੈਸ ਕਰਦੇ। ਅਤੇ 1-2 ਚੀਜ਼ਾਂ ਹੋਰ ਘਰੇ ਲਿਆਉਣੀਆਂ ਸੀ, ਉਹ ਹਰਫ ਦੇ ਪਾਪਾ ਲਿਆਏ। ਸੋ ਇਕੱਲੇ ਅੱਜ ਸ਼ੋਪਿੰਗ ਕਰਕੇ ਆਏ, ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਮਾਣਾ ਹੈ ਨਹੀਂ ਸੀ। ਇੱਧਰ ਹਰਫ ਰੋਟੀ ਖਾਈ ਜਾਂਦਾ ਹੈ। ਹਰਫ ਕਿਵੇਂ ਲੱਗੀਆਂ ਲੋਰਾਂ? ਵਧੀਆ ਲੱਗੀਆਂ ਹੈਂ, ਸੋਹਣੀਆਂ ਲੱਗੀਆਂ। ਅਤੇ ਐਂ ਮੰਗਦਾ ਸੀ ਕਹਿੰਦਾ ਮੰਮਾ ਖੁੱਲ੍ਹੇ ਪਹੁੰਚੇ ਵਾਲੀਆਂ ਲੋਰਾਂ ਹੁਣ ਇਹ ਜਿਹੀਆਂ ਬੋਟਮ ਵਾਲੀਆਂ ਨਾ ਬੰਦ ਹੋਣ, ਅਤੇ ਮੈਨੂੰ ਵੀ ਕੱਪੜਾ ਵਧੀਆ ਲੱਗਿਆ। ਚਲੋ ਵੈਸੇ ਅਸੀਂ ਇਹਨਾਂ ਦੀ ਦੁਕਾਨ ਤੋਂ ਲਿਆਉਣੇ ਹੁੰਦੇ ਪਹਿਲਾਂ ਵੀ ਹਰਫ ਦੇ ਕੱਪੜੇ, ਅਤੇ ਵਰਤ ਕੇ ਦੇਖਾਂਗੇ ਇਹ ਲੋਰਾਂ ਵੀ ਕਿਵੇਂ ਲੱਗਣਗੀਆਂ। ਪਹਿਲੀ ਵਾਰੀ ਲੋਰਾਂ ਆਏ, ਪਹਿਲਾਂ ਛੋਟਾ ਹੁੰਦਾ ਸੀ, ਛੋਟੇ ਜ਼ਿਆਦਾ ਬੱਚਿਆਂ ਦੀਆਂ ਇਸ ਤਰ੍ਹਾਂ ਦੀਆਂ ਕੋਈ ਲੋਰਾਂ ਨਹੀਂ ਆਉਂਦੀਆਂ, ਬਥੇਰਾ ਇਸ ਤਰ੍ਹਾਂ ਦਾ ਡਿਜ਼ਾਇਨ ਬਣਿਆ ਐਵੇਂ, ਹੈ ਨਾ ਹਰਫ, ਸੋਹਣਗਾ ਨਾ। ਓਕੇ ਚਲ ਹੁਣ ਰੋਟੀ ਖਾ ਲਾ, ਕੋਈ ਨਾ ਪੁੱਤ, ਮੈਂ ਤੜਕੇ ਧੋ ਕੇ ਪਾ ਦੂੰ, ਸਾਫ਼ ਕਰ ਦੂੰ, ਠੀਕ ਹੈ। ਅਤੇ ਬਾਕੀ ਆਉਣ ਜਾਣ ਵਾਲੇ ਕੱਪੜੇ ਵੀ ਇਹਨੂੰ ਨਵੇਂ ਸੂਟ ਦਿਵਾਉਣੇ ਪੈਣਗੇ ਬਾਹਰ ਅੰਦਰ ਪਾਉਣ ਨੂੰ, ਉਹ ਫਿਰ ਹਜੇ ਮਤਲਬ ਠਹਿਰ ਕੇ ਦਵਾ ਦੇਵਾਂਗੇ, ਕਿਉਂਕਿ ਹਜੇ ਸੀਜ਼ਨ ਵਾਲੇ ਕੱਪੜੇ ਆਉਣੇ ਸਟਾਰਟ ਹੀ ਹੋਏ ਆ, ਹਜੇ ਆਏ ਨਹੀਂ ਇੰਨੇ, ਆਹ ਨਵੀਆਂ ਆਈਆਂ ਨੇ, ਬਿਲਕੁਲ ਫਰੈਸ਼ ਆਈਆਂ ਨੇ ਲੋਰਾਂ।